सजना सच दसी के थोड़े पिंडा कन्नी मोटर वाली लाइट आउंदी है दसी भाई बने के साडे मुगलों की आने हो साडे झोने दा मुंह तां तिल मेरे कटरू वर्गा हो रहा भाई थोड़े दस दे असी धन्नवादी हैं जी रब दे जिने चार कणियां पातियां ठंड करती पर एक गेला जरूर आ सानू भी इहनू मगरी भेजता तैं ये मीह तो बाद तां वाले चलूणे जे लड़न लाला कीड़ियां जिहा लड़न लाला उदले वाली धुप्प कड लैंदा ए ऐ ना कर यार बई बन किकली हवा छड़ दे इहनू क्यों च भेजिया गा ਇਹਦਾ ਪਹਿਲੀ ਅਸੀਂ ਧੱਕੇ ਆ ਰਹੇ ਪਏ ਆਗੇ ਐ ਨਾ ਕਰ ਯਾਰ ਚਾਰ ਕਣੀਆਂ ਪਾ ਕੇ ਹੁਣ ਤੂੰ ਬਦਲਾ ਲੈਣਾ ਗਾ ਵੱਡੇ ਸੂਰ ਸਾਡੇ ਸਿਰ ਤੇ ਉਡਣ ਟਟੀਰੀਆਂ ਤੇ ਸਾਡੇ ਪੈਰਾਂ ਥੱਲੇ ਸੱਪ ਸਾਡੇ ਡੱਬ ਦੇ ਵਿੱਚ ਹੈ ਬੋਤਲ ਸਾਡੇ ਗੁਰਦਿਆਂ 'ਚ ਭੁੱਕੀ ਦੀ ਲੱਪ ਸਾਡੇ ਗੁਰਦਿਆਂ 'ਚ ਭੁੱਕੀ ਦੀ ਲੱਪ ਤੁਹਾਡੇ ਫਾਂਗੜਾ ਦੂੰ ਮੈਂ ਕਿਹੜੇ ਬਾਗ ਦੀਆਂ ਮੂਲੀਆਂ ਬਣੀਆਂ ਫਿਰਦੀਆਂ ਤੇ ਤਿੱਤਰ ਖਾ ਕੇ ਔਲ ਵਾਲਦੇ ਵੱਟੀਆਂ ਬਣੀਆਂ ਤੁਸੀਂ ਝਿਪਦੀਆਂ ਨੀ ਤੁਸੀਂ ਚੋਣੀ ਆ ਗਈਆਂ ਪਾਰਟੀ ਤੋਂ ਨੌਨ ਸੈਲਬ੍ਰੈਡੀ ਫੁੱਲ ਇਡੀਏਟ ਤਿੰਨ ਪੈਗਾਂ ਨੀ ਮਾਰਾਂ ਤੂੰ ਤਿੰਨ ਪੈਗਾਂ 'ਚ ਹੀ ਖਾ ਜੂੰ ਤੈਨੂੰ ਮੈਂ ਸਾਬਤੀ ਨੂੰ ਸਾਲੀ ਬਣੀ ਲੰਬੜਦਾਰੀ ਵੱਟੋ ਵੱਟ ਜਾਂਦਾ ਨਾਲ ਗੁੱਟੀ ਲੈ ਕੇ ਜਾਈ ਦੇਖੀ ਤਿਲਕਣਾ ਜਾਈ ਓਏ ਕਿਤੇ ਡੱਕੇ ਤਾਂ ਨੀ ਮੱਚ ਗਏ ਝੋਨਾ ਵੇਖ ਕੇ ਆਈ ਓਏ ਕਿਤੇ ਡੱਕੇ ਤਾਂ ਨੀ ਮੱਚ ਗਏ ਝੋਨਾ ਵੇਖ ਝੋਨਾ ਝੋਨਾ ਵੇਖ ਕੇ ਆਈ ਓਏ ਕਿਤੇ ਡੱਕੇ ਤਾਂ ਨੀ ਮੱਚ ਗਏ ਚਮਚਾ ਭੁੱਕੀ ਦਾ ਹੋਰ ਖਾਈ ਓਏ ਕਿਤੇ ਡੱਕੇ ਤਾਂ ਨੀ ਮੱਚ ਗਏ ਲਾ ਕੇ ਪਜਾਮਾ ਵਿੱਚ ਬਾਣ ਦੇ ਤੂੰ ਬੜੀ ਮੱਚਿਆ ਸ਼ੌਂਕ ਦਾ ਬਾਈ ਕੋਈ ਮੁੱਲ ਨੀ ਆਪਾਂ ਆਪ ਤਾਂ ਬਾਈ ਲੱਸੀ ਪੀਣੀ ਪੀਂਦੇ ਹਾਂ ਪਰ ਬਾਈ ਅਸੀਂ ਮੈਸਾਂ ਨੂੰ ਵੀ ਲੱਸੀ ਪਿਉਣੀ ਹੈ ਬੇਰਕਲਨਾ ਤਿੰਨ ਸਮੁੰਦਰੀ ਜਹਾਜ਼ਾਂ ਦੀ ਲੱਸੀ ਨੇ ਡੀਲ ਹੋਈ ਹੈਗੀ 20 ਟਰਾਲੀਆਂ ਕਾਲੇ ਲੂਣ ਦੀਆਂ ਬੀਕਾਨੇਰ ਤੋਂ ਮੰਗਾਈਆਂ ਇਸ ਵਿੱਚ ਪਾਉਣ ਵਾਸਤੇ ਵੱਖੋ ਵੱਖਰੇ ਦਿਨ ਬੰਨੇ ਹੋਏ ਨੇਗੇ ਇੱਕ ਦਿਨ ਮਿੱਠੀ ਲੱਸੀ ਪਿਉਣੀ ਹੈਗੇ ਇੱਕ ਦਿਨ ਨਮਕੀਨ ਪਿਉਣੀ ਹੈਗੇ ਦੋ ਦਿਨ ਰੂਹ ਅਫਜ਼ਾ ਚੱਲਦਾ ਫਿਰ ਦੋ ਦਿਨ ਸਕੰਜ ਵੀ ਚੱਲਦੀ ਹੈਗੀ ਸੋ ਇਹ ਫਾਇਦੇਮੰਦ ਬਹੁਤ ਆ ਮੈਸਾਂ ਵਾਸਤੇ ਤਾਂ ਹੈਗੀ ਹੈਗੀ ਅਤੇ ਜਿਹੜੇ ਸ਼ਰਾਬੀ ਕਬਾਬੀ ਕੱਟੇ ਬੱਚੇ ਨੇਗੇ ਉਹਨਾਂ ਵਾਸਤੇ ਤੁਹਾਨੂੰ ਪਤਾ ਹੀ ਹੈ ਫਿਰ ਸ਼ਰਾਬੀ ਕਬਾਬੀ ਬੰਦੇ ਨੂੰ ਪਤਾ ਵੀ ਤਰ ਕੇ ਲੱਸੀ ਕਿਹੜੇ ਲੋਟ ਕਾਲਜ ਅਤੇ ਬਰਫ਼ ਦਾ ਝੋਨਾ ਝੋਨਾ ਨੀ ਬਲੀਏ ਲਾ ਲੈ ਝੋਨਾ ਨੀ ਬਲੀਏ ਆ ਜਾ ਪਨੀਰੀ ਪੱਟਣ ਚੱਲੀਏ ਆ ਜਾ ਪਨੀਰੀ ਪੱਟਣ ਚੱਲੀਏ ਕੱਦੂ ਵਾਲਾ ਬਣ ਜੇ ਮੈਂ ਕੱਢ ਲੈਂਦਾ ਜਾਣ ਹਲੇ ਤੂੰ ਆਣ ਜਾਣ ਡੱਕਾ ਡੱਕਾ ਨੀ ਟੇਡਾ ਲਾ ਦੀ ਨਾ ਟੇਡਾ ਬਲੀਏ ਝੋਨਾ ਝੋਨਾ ਨੀ ਬਲੀਏ ਲਾ ਲੈ ਝੋਨਾ ਨੀ ਬਲੀਏ ਆ ਜਾ ਪਨੀਰੀ ਪੱਟਣ ਚੱਲੀਏ ਆ ਜਾ ਪਨੀਰੀ ਪੱਟਣ ਚੱਲੀਏ Kicker hoing the teddy, why I'm barking in the hall when I see lady fingers, the forehead legging padina and the tanging of the gillum on the kicker, the composition is very, very changed. ਜੇ ਤੇਰੇ ਵਿਨਾ ਸਰਦਾ ਹੁੰਦਾ ਕਾਤੋ ਬਾਟੀਆਂ ਤੇਰੀਆਂ ਭਰਦੇ ਨੀ ਤੇਰੇ ਨਾਲ ਫੀਮ ਜੱਚਦੀ ਤੇਰੇ ਲਵੇ ਲਾਉਣੇ ਜੱਚਦੇ ਨਾ ਜਰਦੇ ਜੇ ਤੇਰੇ ਵਿਨਾ ਸਰਦਾ ਹੁੰਦਾ ਵੱਡੇ ਕੌਲੇ ਸੂ ਹੋਰੀ ਕਾਤੋਂ ਤੇਰੇ ਭਰਦੇ ਤੂੰ ਬਣਾ ਦੇ ਜਾ ਕੇ ਤਜਾਬ ਦਾ ਵੱਡਾ ਬੱਠਲ ਵੈਰ ਨੇ ਕੱਦੂ ਕਰਾ ਕੇ ਰੱਖਣਾ ਬੱਟੇ ਪੁਚਾ ਕੇ ਰੱਖਣਾ ਆਏਂਗੇ ਖੇਤ ਮੇ ਜੋਨਾ ਲਗਾਨੇ ਸਜਣਾ ਜੋਨਾ ਲਗਾਨੇ ਸਜਣਾ ਕੱਦੂ ਕਰਾ ਕੇ ਰੱਖਣਾ ਬੱਟੇ ਪੁਚਾ ਕੇ ਰੱਖਣਾ ਆਥਣੇ ਤੂੰ ਲੈਣਾ ਕਹਿੰਦੇ ਲਾ ਨਾਲ ਡੱਕ ਚੱਕ ਚੇਪਾ ਚੱਕ ਹੁਣ ਚੱਕ ਚੇਪਾ ਚੱਕ ਚਾੜ ਲਾਂਦੀ ਆ ਵੈਰ ਨਾ ਕਹਿੰਦੇ ਕਾਲਜੇ ਨੂੰ ਬੱਟ ਚੱਕ ਚੇਪਾ ਚੱਕ ਹੁਣ ਚੱਕ ਚੇਪਾ ਚੱਕ ਦੇਣਾ ਪਊਆ ਲਿਖ ਖਾਦੀ ਭੁੱਕੀ ਦੀ ਜੋ ਲੱਪ ਚੱਕ ਚੇਪਾ ਚੱਕ ਕਹਿੰਦੇ ਚੱਕ ਚੇਪਾ ਚੱਕ ਚੇਪਾ ਇਹ ਮਿਊਜ਼ਿਕ ਦੇਣਾ ਪੈਣਾ ਨਾ ਉਹ ਵੇਖ ਲੈਣ ਦੋ ਹੱਥ ਕਰਕੇ ਫੜ ਮਾਰਨੀ ਬੜੀ ਸਖਾਲੀ ਨੀ ਜਦੋਂ ਭੇੜ ਸਾਨਾ ਦੇ ਹੋਣ ਲੱਗੇ ਉਦੋਂ ਮੈਸ ਖੁੱਲ ਗਈ ਨਲੇ ਬੱਕਰੀ ਖੁੱਲ ਗਈ ਰੇੜੀ ਉਲਟ ਗਈ ਗੱਡਾ ਮਾਰਤਾ ਮੂਦਾ ਵੈਰ ਨੇ ਤੂੜੀ ਵਾਲੀ ਸਵਾਦ ਵਿੱਚ ਕੁੱਤਾ ਵੜ ਗਿਆ ਖਾਲ ਵਾਲੀ ਤੋੜੀ ਤੋਂ ਚੱਪਣ ਚੱਕਤਾ
ਆਟੇ ਵਾਲਾ ਪਟ ਗਿਆ ਗੱਟਾ ਪਤਲੀਏ ਨਾਰੇ ਟੋਕੇ ਵਾਲੀ ਮਸ਼ੀਨ ਥੱਲੇ ਕੀ ਵੜ ਗਿਆ ਫੀਟਰ ਦਾ ਮਾਰਤਾ ਹੈਂਡਲ ਕਹਿੰਦੇ ਪੰਚਾਇਤੇ ਸ਼ੌਂਕ ਦਾ ਕੋਈ ਮੁੱਲ ਥੋੜੀ ਹੈ ਨਾ ਨਾ ਕਰਦੇ 1850 ਬਗਲਾ ਪਾ ਲਿਆ ਹੁਣ ਇਹਨਾਂ ਖਾਤਰ 9000 ਡੱਡ ਮੰਗਾਈ ਹੋਈ ਹੈ ਦੱਖਣੀ ਕੋਰੀਆ ਤੋਂ 12,500 ਮੱਛੀ ਦਾ ਆਰਡਰ ਦਿੱਤਾ ਫਰਾਂਸ ਨੂੰ ਇਹ ਕਹਿੰਦੇ ਛੋਟੇ ਮੋਟੇ ਕੀੜੇ ਮਕੌੜੇ ਖਾਂਦੇ ਆ ਫਿਰ ਮੈਂ 3 ਰੇਲ ਗੱਡੀਆਂ ਯਾਰ ਸਾਊਥ ਅਫਰੀਕਾ ਨੂੰ ਕੀੜੇ ਮਕੌੜੇ ਨੇ ਕਹਿਤੀਆਂ 1350 ਬਗਲੀ ਲਿਆਂਦੀ ਛਣ ਛਣ ਕਰਦੀ ਫਿਰਦੀ ਆ ਖੇਤ ਚ ਸ਼ੌਂਕ ਦਾ ਕੋਈ ਮੁੱਲ ਨੀ ਚੱਕ ਦਾਂਗੇ ਬਾਹਰ ਜ਼ਰੂਰੀ ਆਉਣ ਵਾਲੀਆਂ ਡੱਡਾਂ ਪੇਸ਼ ਕਰ ਦਾਂਗੇ ਯਾਰ ਜਵਾਨਾਂ 85-86 ਵਾਰੀ ਦੱਸਤਾ ਵੀ ਤੁਹਾਡੇ ਆਂਡੇ ਅਸੀਂ ਨਹੀਂ ਖਾਂਦੇ ਅਸੀਂ 700-800 ਮੁਰਗੀ ਖਾ ਗਏ 10-1200 ਬੱਕਰਾ ਖਾ ਗਏ ਮੱਛੀਆਂ ਖਾ ਗਏ ਔਲ ਵਾਲ ਦੇ ਟੋਬਿਆਂ ਦੀਆਂ ਹੁਣ ਅਸੀਂ ਟਟੀਰੀਆਂ ਦੇ ਆਂਡੇ ਖਾਵਾਂਗੇ ਇੰਨਾ ਸਾਡਾ ਮਤਲਬ ਇੰਨੀ ਡਾਊਨ 'ਚ ਵੱਗ ਗਏ ਅਸੀਂ ਭੁੱਲ ਜਾਓ ਓਏ ਅਸੀਂ ਵੀਰਾਂ ਦੇ ਡਰੰਮ ਪੀ ਗਏ ਤੁਸੀਂ ਸਹੁਰੀ ਉਹ ਆਂਡਿਆਂ ਨੂੰ ਰੋਈ ਜਾਂਦੀ ਹੋਈਆਂ ਮਾਰੋ ਧੀਆਂ ਦੇ ਗੋਲੀ ਫੂਕ ਦਾਂਗੇ ਫੰਗੀਆਂ ਸਹੁਰੀਆਂ ਨੇ ਕਿਸੇ ਲਹੂ ਪੀਤਾ ਲੈ ਬਈ ਪੰਚਾਇਤ ਕੱਦੂ ਵਾਲਾ ਵਾਹਨ ਹੋਵੇ ਤੇ ਜੇਬ 'ਚ 1.5 ਲੱਖ ਦਾ ਆਈਫੋਨ ਹੋਵੇ ਤੇ ਜਮਾਂ ਬੱਚਾ ਵਾਲੇ ਡਿੱਗ ਪਏ ਬਾਈ ਸਾਰਾ ਟੱਬਰ ਹੀ ਭਾਲ ਭਾਲ ਹਮ ਜੇ ਥਿਆਵੇ ਨਾ ਫਿਰ ਬੰਦਾ ਭੁੱਲਦਾ ਥੋੜ੍ਹੀ ਹੈ ਵੀ ਕਿਸੇ ਸਾਲ ਜੀਰੀ ਲਾਈ ਸੀ ਕਹਿੰਦੇ ਕੌਣ ਟੱਕਰ ਗਿਆ ਕਹਿੰਦੇ ਡੱਡੂ ਸਿੰਘ ਦਿਲਵਾਗ ਫੇਰ ਟੱਕਰ ਗਿਆ ਪੰਜੇ ਥੱਲੇ ਲਾਈ ਖੜਾ ਔਲ ਵਲ ਦੀਆਂ ਡੱਡਾਂ ਨਾਲ ਲਿਆ ਜਾ ਕਹਿੰਦੇ ਕੀ ਬਣ ਗਿਆ ਕਹਿੰਦੇ ਬੋਲ ਕੇ ਦਿਖਾ ਦੇ ਇੱਕ ਵਾਰੀ ਵੈਰੀਆ ਕਿੱਧਰ ਘੁੱਟਾਈਆਂ ਥੋਡੀ ਭੈਣ ਨੂੰ ਔਲ ਵਲ ਦੇ ਬੁਲਬਲੇ ਫਲਾਤੇ ਗੱਭਰੂ ਨੇ ਆਏ ਹਾਏ 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 ਕੀ ਬਣ ਗਿਆ ਜਿਮ ਜੁਆਇਨ ਕਰਨ ਭੈਣ ਦਾ ਮਰੇਗਾ ਮੈਨੂੰ ਲੱਗਦਾ ਥੋਡੀ ਭੈਣ ਨੂੰ ਦੀਦੀ ਤੇਰਾ ਦੇਵਰ ਦੀਵਾਨਾ ਹਾਏ ਰਾਮ ਬੱਟਾ ਪੋਚੀ ਜਾਣਾ ਸੁਬਾ ਉੱਠ ਕਰ ਬੁੱਕੀ ਬਿਖਾਨਾ ਹਾਏ ਰਾਮ ਜੋਨਾ ਹੈ ਲਗਾਨਾ ਕੇ ਦੀਦੀ ਤੇਰਾ ਦੇਵਰ ਕਹਿੰਦੇ ਕਿੱਥੇ ਅੜ ਗਏ ਕਹਿੰਦੇ ਉੱਥੇ ਅੜ ਗਏ ਜਿੱਥੋਂ ਹਰੇਕ ਜਾਨ ਛੁਡਾ ਕੇ ਭੱਜਦਾ ਹੈ ਕਹਿੰਦੇ ਕੌਣ ਅੜ ਗਿਆ ਕਹਿੰਦੇ ਦਾਸ ਖੁਦ ਅੜ ਗਿਆ ਦਾਸ ਦੇ ਰੋਲਣਗੇ ਜੂੰਡੇ ਦੇਖਿਓ ਕੁੱਠੀ ਵੀ ਢੁੱਡਰੀ ਕਾਲ ਜਾ ਕੱਢ ਲੈਂਦੀ ਆ ਬੈਰਨ ਕਹਿੰਦੇ ਕਹਿ ਕਿਲੋ ਦਾ ਚੇਪਾ ਹੋ ਗਿਆ ਕਹਿੰਦੇ ਬੇਟੀ ਕੋਈ ਨੀ ਰਿਹਾਇਆ ਤਾਂ ਹਜੇ ਤਾਂ ਕਹਿੰਦੇ ਐਨੇ ਸਿਰੇ ਲਾਉਣੀ ਹੈ ਗੱਲ ਜਦੋਂ ਇਹ ਜਮਾਂ ਢੂਹੀ ਤੇ ਹੁੰਦਾ ਨਾ ਜੀ ਇੰਨੇ ਕੁ ਕੱਖ ਹੁਣ ਬੱਸ ਨਰਮੇ 'ਚ ਅਤੇ ਉੱਤੋਂ ਇੱਕ ਮੀਂਹ ਪੈ ਜੇ ਤਕੜਾ ਜਿਹਾ ਉੱਤੋਂ ਕੋਈ ਚੋਰੀਓ ਰੇਹ ਦੀ ਬੋਰੀ ਸਿੱਟ ਜੇ 'ਚ ਆਹ ਫਿਰ ਸਾਨੂੰ ਬੈਂਟਰੀਆਂ ਦੇ ਦਿਓ ਸਰਕਾਰ ਅਸੀਂ ਬੈਂਟਰੀਆਂ ਲਾ ਲਾ ਕੱਖਾਂ 'ਚ ਬੂਟਾ ਭਾਲਾਂਗੇ ਇੰਨੇ ਕੱਖ ਹੁਣ ਮਿੱਤਰੋ ਅਤੇ ਮੀਂਹ ਪੈ ਜੇ ਕਿਵੇਂ ਨਰਮਾ 55 ਮਣ ਤੋਂ ਡਿੱਗੂ ਮੈਨੂੰ ਦੱਸੋ ਭਲੇ ਲੋਕੋ ਬਸ ਐਂ ਕੱਖ ਹੋਈ ਜਾਣ ਨਰਮਿਆਂ 'ਚ ਸੁਧਾਰ ਹੋ ਜੂ ਸਾਡਾ ਕਿਆ ਬਾਤ ਹੈ ਉਹ ਸਾਡੇ ਨਾਲ ਪੰਗਾ ਲੈਣ ਵਾਸਤੇ ਤੈਨੂੰ ਕੱਦੂ ਦੀ ਸਬਜ਼ੀ ਨਾਲ 8 ਰੋਟੀਆਂ ਖਾਣੀਆਂ ਪੈਣੀਆਂ ਭੈਣ ਦਿਆ ਵੀਰਾ ਲੱਸੀ ਦਾ ਕੌਲਾ ਵੱਖ ਹੈ ਹੋਰ ਵੀ ਭੁੱਕੀ ਛੁੱਕੀ ਜਿਹੜਾ ਕੁਛ ਅੜਦਾ ਪਾਰ ਮਾਰ ਵੀਰੇ ਅਸੀਂ ਕਾਲ ਜਾ ਖਿੱਚ ਲੈਂਦੇ ਹੈਗੇ ਕਸੀਆ ਸਿੰਘ ਘਮੇਲ ਨਾਂ ਗਾ ਮੇਰਾ ਕਸੀਆ ਸਿੰਘ ਘਮੇਲ ਸੱਜਣਾ ਉਹ ਵੀ ਦਿਨ ਸੀ ਜਦੋਂ ਚਾਰੇ ਪਾਸੇ ਠੰਡੀਆਂ ਹਵਾਵਾਂ ਨੂਰ ਹੀ ਨੂਰ ਨਜ਼ਾਰੇ ਹੀ ਨਜ਼ਾਰੇ ਅਸੀਂ ਭੁੱਲ ਗਏ ਸੀ ਵੀ ਅਸੀਂ ਝੋਨਾ ਵੀ ਲਾਉਣਾ ਅਸੀਂ ਭੁੱਲ ਗਏ ਸੱਜਣਾ ਹੁਣ ਕੱਲਾ ਮੁੜ ਕੇ ਹੀ ਆਈ ਜਾਂਦਾ ਸੱਜਣਾ ਉਹ ਪ੍ਰਧਾਨ ਅੱਖਾਂ ਨੀਵੀਆਂ ਕਰਕੇ ਲੰਘ ਉਹ ਤਾਜ਼ਾ ਮੀਂਹ ਪੈ ਕੇ ਹਟਿਆ ਮੱਛਰ ਬਹੁਤ ਹੋ ਰਿਹਾ ਬਾਈ ਅੱਖਾਂ ਚ ਪੈ ਸਕਦਾ ਗਾ ਤਾਂ ਹੀ ਕਹਿੰਦੇ ਆ ਇੱਕ ਪਾਸੇ ਮੱਕਾ ਤੇ ਦੂਜੇ ਪਾਸੇ ਭਿੰਡੀ ਟਿੰਗ ਡਿੰਗ ਡਿੰਗੀ ਟਿੰਗ ਡਿੰਗ ਡਿੰਗੀ ਇਹ ਵੀ ਬਾਈ ਗਾਣੇ ਹੀ ਆ ਸਰਤਾਜ ਵੀ ਇਹੀ ਗਾਉਂਦਾ ਉਹਦੇ ਹਿੱਟ ਹੋ ਜਾਂਦੇ ਬਸ ਉਹਨੇ ਗਾਇਆ ਸੀਗਾ ਬਿਲਾਮਾ ਲੈ ਕੇ ਰੱਖ ਲਾ ਹਡੰਮ ਲੱਕ ਲੱਕ ਲਾ ਉਹੀ ਗੱਲ ਬਾਤ ਇਹ ਆ ਇੱਕ ਪਾਸੇ ਮੱਕਾ ਉਹ ਇੱਕ ਪਾਸੇ ਭਿੰਡੀ ਟਿੰਗ ਡਿੰਗ ਡਿੰਗੀ ਉਹ ਟਿੰਗ ਡਿੰਗ ਡਿੰਗੀ ਅੱਛਾ ਚੱਲ ਪਿਆ 555 ਮੈਗਾ ਹਾਰਟਸ ਤੇ ਅਸੀਂ ਆਕਾਸ਼ਵਾਣੀ ਦੇ ਕਰਾਂਗਣਾ ਚੈਨਲ 'ਚ ਵੜ ਚੁੱਕੇ ਹਾਂ
ਡਾਂਗਾਂ ਖੂੰਜਿਆਂ ਨਾਲ ਲਾਈਆਂ ਪਈਆਂ ਨੇ ਕਿਉਂਕਿ ਸਾਰੇ ਮੁੱਖ ਮਹਿਮਾਨਾਂ ਦਾ ਜੀ ਕਰੀਦਾ ਵੀ ਬਿੱਲਾ ਮਾਰਿਆ ਜਾਵੇ ਅੱਜ ਜਵਾਨੋ। ਆਹ ਟੂਬ ਰੱਖੀ ਹੋਈ ਹੈ ਉਹਦੀ ਨਹਿਰ 'ਚ ਸਿੱਟ ਕੇ ਮੱਛੀਆਂ ਫੜਦੇ ਹਾਂ, ਤਾਜ਼ਾ ਮੀਟ ਖਾਂਦੇ ਹਾਂ, ਪੇਕ ਲਾਉਂਦੇ ਹਾਂ, ਸਭ ਕੁਛ ਕਰਾਂਗੇ A to Z ਕਰ ਦਾਂਗੇ। ਔਲ ਵਾਲ ਦੀਆਂ ਸਪਰੇਹਾਂ ਰੱਖ ਰੱਖੀਆਂ ਗੀਆਂ, ਜਿਹੜਾ ਕੋਈ ਬਾਹਲਾ ਦੁਖੀ ਹੁੰਦਾ ਡਾਟਾ ਇਹਦਾ ਪਿਆ ਦਿੰਦੇ ਉਹਨੂੰ, ਬਸ ਫਿਰ ਲਿਟਦਾ ਗਾ। ਲੋ ਪੰਚਾਇਤ ਵੀ ਕੋਵਿਡ ਨੂੰ ਮੱਦੇਨਜ਼ਰ ਰੱਖਦੇ ਜਿਹੜੀਆਂ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਨੇ ਉਹ ਇਸ ਪ੍ਰਕਾਰ ਨੇ ਵੀ ਜਿਹੜੀਆਂ ਸ਼ਹਿਰਾਂ 'ਚ ਦੁਕਾਨਾਂ ਨੇ ਬਾਈ ਉਹ 9 ਵਜੇ ਤੋਂ ਲੈ ਕੇ 8 ਨੇ, ਪੁਲਿਸ ਆਉਣ ਤੱਕ ਖੁੱਲੀਆਂ ਹੀ ਰਹਿਣਗੀਆਂ ਬਾਈ, ਉਹ ਆਪ ਹੀ ਪਿਆਰ ਮੁਹੱਬਤ ਨਾਲ ਆ ਕੇ ਬੰਦ ਕਰਾਇਆ ਕਰਨਗੇ। ਕਹਿੰਦੇ ਕੌਣ ਆ ਗਿਆ, ਉਹ ਕਹਿੰਦੇ ਮੀਂਹ ਸਿੰਘ ਬਰਾੜ ਪਹੁੰਚ ਚੁੱਕਿਆ ਲੈ ਕੇ ਲਾਣਾ ਬਾਣਾ, ਬੱਦਲ ਛੱਦਲ ਮੀਂਹ ਕਣੀਆਂ ਨੇਰੀ ਕੱਪੇ ਸਾਰਾ ਕੁਛ A to Z ਟੱਬਰ ਟੀਹਰ ਸਾਰਾ ਕੁਛ ਲੈ ਕੇ ਆ ਚੁੱਕਿਆ। ਨਰਮੇ ਦਾ ਇਕੱਲਾ ਇਕੱਲਾ ਪੱਤਾ ਤਾਹਾਂ ਝਾਕੀ ਜਾਂਦਾ, ਮੱਕੀ ਦਾ ਇਕੱਲਾ ਇਕੱਲਾ ਪੱਤਾ ਤਾਹਾਂ ਝਾਕੀ ਨਾ, ਮੈਸਾਂ ਰੰਗੀ ਜਾਂਦੀਆਂ, ਬੰਦੇ ਰੜਿਆਈ ਜਾਂਦੇ ਨੇਗੇ, ਪਾ ਦੇ ਸਿੜ ਦੇ ਲਿਟ ਜਾ ਖਤਮ ਪਾਲ ਕਰਦੇ ਕੰਮ। ਕਹਿੰਦੇ ਗੋਡੇ ਗੋਡੇ ਚੜਾ ਦੇ, ਕਹਿੰਦੇ ਫੇਰ ਪੁੱਛਦੇ ਆ ਵੀ ਕੌਣ ਆ ਗਿਆ। ਤੇ ਬਹੁਤ ਦੁੱਖ ਦੀ ਗੱਲ ਆ ਬਾਈ ਵੀ ਰਾਤ ਤੇਲ ਪੀਂਦੇ ਪੀਂਦੇ ਆਸ਼ੇ ਅਤੇ ਸਵਰਾਜ ਦੀ ਲੜਾਈ ਹੋ ਗਈ, ਸਾਰੇ ਰਿਸ਼ਤੇਦਾਰ ਆ ਮੁੜ ਗਏ, ਹੈਪੀ ਸੀ ਡਰਾ ਕੇ ਮੁੜ ਗਿਆ, ਜੀਰੋ ਡਰਿੱਲ ਸੁਹਾਗਾ ਕੀਤਾ, ਵੀ ਤੂੜੀ ਵਾਲੀ ਮਸ਼ੀਨ ਵੀ ਆ ਗਈ, ਇਹ ਨਹੀਂ ਮੰਨੇ ਮਾਂ ਦੇ ਪੁੱਤ, ਇਕੱਲਾ ਤੇਲ ਵਾਲਾ ਢੋਲ ਰਹਿ ਗਿਆ, ਇਹ ਇਹਨਾਂ ਦੇ ਹਾੜੇ ਕੱਢੀਆਂ ਦੇ ਬਾਈ ਹੋਏ, ਮੰਨ ਜੋ ਮੇਰਾ ਵੀਰ ਹੋਏ, ਹਾਲੇ ਆਪਾਂ ਝੋਨਾ ਲਾਉਣਾ ਗਾ, ਇਹਦੀ ਦੇਖੋ ਮੰਨਣਗੇ ਕਿ ਨਾ ਮੰਨਣਗੇ, ਇਹ ਇੱਧਰ ਮੂੰਹ ਕਰੀ ਖੜਾ, ਇਹ ਇੱਧਰ ਮੂੰਹ ਕਰੀ ਖੜਾ, ਕੋਈ ਹੱਲ ਨਹੀਂ ਜ਼ਿੰਦਗਾਂ ਨਹੀਂ ਦਾ, ਇਕੱਲਾ ਤੇਲ ਵਾਲਾ ਢੋਲ। ਉਹ ਜਦ ਝੋਨੇ ਦੀ ਰੁੱਤ ਆਵੇ ਜੱਟ ਤੇਰੇ ਨਾਲ ਮੱਥਾ ਲਾਵੇ, ਤੂੰ 20-25 ਹੈਂਡਲ ਮਰਵਾਵੇ ਤੇ ਟੂਹੀ ਉਹ ਟੂਹੀ ਹੱਲ ਜਾਵੇ, ਉਹ ਟੂਹੀ ਹੱਲ ਜਾਵੇ। ਜਦ ਝੋਨੇ ਦੀ ਰੁੱਤ ਆਵੇ ਉਹ ਤੂੰ ਨੱਕ ਨਾਲ ਲਖੀਰਾਂ ਕਢਾਵੇਂ, ਕਦੇ ਪਾਣੀ ਨੂੰ ਛੱਡ ਜਾਵੇਂ ਤੇ ਮਿੱਤਰਾ।